ਮੈਂ ਕਰਮਜੀਤ ਕੌਰ ਚਹਿਲ, ਚਹਿਲ ਕਲੈਕਸ਼ਨ ਮਾਨਸਾ, ਚਹਿਲ ਕਲੈਕਸ਼ਨ ਯੂਟਿਊਬ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੇਰੇ ਵੱਲੋਂ ਸਾਰੇ ਹੀ ਯੂਟਿਊਬ ਚੈਨਲ ਦੇਖਣ ਵਾਲੇ ਦਰਸ਼ਕਾਂ ਨੂੰ ਨਿਮਰਤਾ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸ਼ੋਪ ਦਾ ਐਡਰੈਸ ਤੁਹਾਨੂੰ ਮੈਂ ਡੇਲੀ ਤਰ੍ਹਾਂ ਅੱਜ ਵੀ ਦੱਸਦੀ ਹਾਂ ਵੀ ਇਹ ਬੱਸ ਸਟੈਂਡ ਦੇ ਬਿਲਕੁਲ ਨਾਲ ਵਾਲੀ ਗਲੀ ਜਿੱਧਰੋਂ ਬੱਸਾਂ ਬੱਸ ਅੱਡੇ ਦੇ ਵਿੱਚ ਐਂਟਰ ਕਰਦੀਆਂ ਨੇ, ਬੱਸ ਅੱਡੇ ਦੀ ਛੋਟੀ ਕੰਧ ਦੇ ਨਾਲ ਤੁਸੀਂ ਅੱਧਾ ਮਿੰਟ ਚੱਲੋਗੇ ਤਾਂ ਆਪਣੀ ਸ਼ੋਪ ਆ ਜਾਣੀ ਹੈ। ਤੇ ਜਿਹੜੇ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਜਿਨ੍ਹਾਂ ਨੇ ਆਨਲਾਈਨ ਆਰਡਰ ਕਰਨਾ ਨਾ ਤਾਂ ਉਹ ਕਿਰਪਾ ਕਰਕੇ ਜਦੋਂ ਵੀ ਤੁਸੀਂ ਕੋਈ ਸਕਰੀਨਸ਼ਾਟ ਲੈ ਕੇ ਭੇਜ ਦਿਓ ਤਾਂ ਥੋੜ੍ਹਾ ਜਲਦੀ ਉਹਨਾਂ ਦਾ ਫਾਈਨਲ ਕਰ ਦਿਆ ਕਰੋ। ਅਗਰ ਤੁਹਾਨੂੰ ਟਾਈਮ ਲੱਗ ਵੀ ਜਾਂਦਾ ਤਾਂ ਦੁਬਾਰਾ ਤੋਂ ਪੁੱਛ ਲਿਆ ਕਰੋ ਵੀ ਇਹ ਅਵੇਲੇਬਲ ਹੈ ਜਾਂ ਨਹੀਂ ਹੈ। ਅੱਜ ਜਿਹੜੀ ਤੁਹਾਡੀ ਵੀਡੀਓ ਲੈ ਕੇ ਆਈ ਹਾਂ ਇਹ ਹੈਗੀ ਸ਼ੋਲਾਂ ਨਾਲ ਸੂਟ, ਇਹ ਦੇਖੋ ਇਹ ਸ਼ਰਟ ਆ ਗਈ, ਗ੍ਰੀਨ ਕਲਰ ਦਾ ਸੂਟ ਹੈ ਇਹ। ਇਹਦੇ ਨਾਲ ਸਲਵਾਰ ਹੈ, ਕੱਪੜਾ ਇਹਦਾ ਸੋਹਣੇਗਾ। ਇਹ ਆ ਗਿਆ ਇਹਦੇ ਨਾਲ, ਇਹ ਨਹੀਂ ਹੈਗਾ। ਇਹ ਆ ਗਿਆ ਇਹਦਾ ਸ਼ੋਲ, ਸਟੋਲ ਨਹੀਂ ਹੈ ਇਹ, ਸ਼ੋਲ ਹੈ ਇਹਦਾ, ਸਾਈਜ਼ ਇਹਦਾ ਖੁੱਲ੍ਹੇਗਾ। ਇਹਦੇ ਵਿੱਚ ਚਾਰ ਕਲਰ ਨੇ, ਆ ਇਹਦੇ ਚ ਆ ਗਿਆ ਮਹਿੰਦੀ ਸ਼ੇਡ, ਇਹ ਆ ਗਿਆ ਵਾਈਨ ਸ਼ੇਡ, ਇਹ ਆ ਗਿਆ ਇਹਦੇ ਚ ਬਲੂ ਸ਼ੇਡ। ਇਹਨਾਂ ਦੀ ਕੀਮਤ ਰਹੂਗੀ 800 ਰੁਪਿਆ। ਇਹਨਾਂ ਦੀ ਦੋ ਸੂਟਾਂ ਤੇ ਜਿਹੜੀ ਆ ਉਹਨਾਂ ਦੀ ਸ਼ਿਪਿੰਗ ਫ੍ਰੀ ਹੋਊਗੀ ਤੇ ਜੇ ਤੁਸੀਂ ਇੱਕ ਸੂਟ ਬਾਏ ਕਰੋਗੇ ਤਾਂ ਸ਼ਿਪਿੰਗ ਲੱਗੇਗੀ। ਇਹ ਵੀ ਇਹਦੇ ਚ ਹੈ, ਇਹ ਆ ਗਿਆ ਅਗਲਾ ਡਿਜ਼ਾਈਨ। ਇਹਦੀ ਸ਼ਰਟ ਆ ਗਈ, ਇਹਦੀ ਸਲਵਾਰ ਆ ਗਈ ਤੇ ਇਹਦਾ ਸ਼ੋਲ ਆ ਗਿਆ। ਇਹ ਇਸ ਡਿਜ਼ਾਈਨ ਦੇ ਵਿੱਚ ਹੈ, ਇਹਦੀ ਵੀ ਕੀਮਤ ਰਹੂਗੀ 800 ਰੁਪਿਆ। ਇੱਕ ਇਹਦੇ ਚ ਰੈਡ ਕਲਰ ਹੈ, ਇਹਦੇ ਚ ਮਸਟਰਡ ਕਲਰ ਹੈਗਾ। ਇਹ ਆ ਗਿਆ ਜੀ ਡਾਰਕ ਗ੍ਰੇ ਕਲਰ, ਇਹਨਾਂ ਦੀ ਕੀਮਤ ਰਹੂਗੀ 800 ਰੁਪਿਆ। ਹਲੋ, ਇਹ ਅਗਲਾ ਡਿਜ਼ਾਈਨ ਆ ਗਿਆ, ਖੋਲਦਿਆ ਕਰ ਦਿਆ, ਇੱਕ ਤਾਂ ਖੋਲ ਕੇ ਰੱਖ ਦਿਆ ਕਰ ਸੀ। ਹੈਲੋ, ਉਹ ਘੇਰ ਆ ਗਿਆ, ਇਹ ਬਾਜੂ ਆ ਗਈ, ਇਹ ਵੀ ਗ੍ਰੀਨ ਕਲਰ ਚ ਹੈ।
ਇਹਦੇ ਨਾਲ ਸਲਵਾਰ ਰਹੂਗੀ। ਇਹ ਆ ਗਿਆ ਇਹਦਾ ਸ਼ਾਲ। ਮੈਜੈਂਟਾ ਕਲਰ ਹੈ ਇਹ, ਮਹਿਰੂਨ ਮੈਜੈਂਟਾ ਕਲਰ ਹੈ ਇਹ, ਮਹਿਰੂਨ ਵੀ ਨਹੀਂ ਹੈਗਾ ਤੇ ਮੈਜੈਂਟਾ ਵੀ ਨਹੀਂ ਹੈਗਾ। ਇਹ ਆ ਗਿਆ ਇਹਦੇ ਚ ਮਹਿੰਦੀ ਸ਼ੇਡ। ਇਹ ਆ ਗਿਆ ਬਲੈਕ। ਇਹ ਤਿੰਨੋਂ ਸ਼ੇਡ ਜਿਹੜੇ ਇਹਦੇ ਚ ਨੇਗੇ। ਇਹਨਾਂ ਦੀ ਕੀਮਤ ਰਹੂਗੀ 800 ਰੁਪਿਆ। ਅਗਰ ਤੁਸੀਂ 2 ਸੂਟ ਬਾਏ ਕਰਦੇ ਹੋ ਤਾਂ ਤੁਹਾਨੂੰ ਇਹਦੀ ਸ਼ਿਪਿੰਗ ਫ੍ਰੀ ਰਹੂਗੀ। ਇਹਦੀ ਬਾਜੂ ਰਹੂਗੀ, ਇਹਦੀ ਬੋਟਮ ਆ ਗਈ, ਇਹਦਾ ਸ਼ਾਲ ਆ ਗਿਆ। ਮਹਿਰੂਨ ਕਲਰ ਆ ਗਿਆ ਇਹਦੇ ਚ, ਮਹਿੰਦੀ ਸ਼ੇਡ ਆ ਗਿਆ। ਇਹ ਆ ਗਿਆ ਇਹਦੇ ਚ ਗ੍ਰੇ ਕਲਰ। ਇਸ ਤੇ ਨਹੀਂ ਆ ਲੋ ਜੀ, ਅਗਲਾ ਡਿਜ਼ਾਇਨ ਆ ਗਿਆ। ਇਹ ਵੀ ਮਹਿਰੂਨ ਕਲਰ ਦੇ ਵਿੱਚ ਹੈ, ਇਹਦੀ ਬਾਜੂ ਹੈ। ਸ਼ੋਲ ਨਾਲ ਹੀ ਨੇ ਇਹਨਾਂ ਦਾ ਰੇਟ ਰਹੂਗਾ 880 ਰੁਪਏ। ਸਟਾਫ ਇਹਨਾਂ ਦਾ ਥੋੜਾ ਜਿਹਾ ਉਹਦੇ ਨਾਲੋਂ ਹੈਵੀ ਹੈ, ਪਸ਼ਮੀਨਾ ਇਹ। ਆ ਇਹਦੇ ਨਾਲ ਸਲਵਾਰ ਹੋਊਗੀ, ਆ ਇਹਦੇ ਨਾਲ ਰਹੂਗਾ ਸਟਾਲ। ਇਹਦਾ ਰੇਟ ਰਹੂਗਾ 880 ਰੁਪਏ। ਇਹਦੇ ਵਿੱਚ ਕਾਫੀ ਸ਼ੇਡ ਆ ਗਿਆ। ਇਹ ਕਾਫੀ ਸ਼ੇਡ ਦੇ ਵਿੱਚ ਹੈ, ਹੋਰ ਕੋਈ ਕਲਰ ਇਹਦੇ ਵਿੱਚ। ਇਹ ਪੀਕੋਕ ਕਲਰ ਦੇ ਵਿੱਚ ਆ ਗਿਆ। ਬਲੂ ਵੀ ਹੈ।
ਇਹਦਾ ਡਿਜ਼ਾਇਨ ਥੋੜ੍ਹਾ ਉਹਦੇ ਨਾਲੋਂ ਵੱਖਰਾ ਹੈਗਾ, ਪਰ ਰੇਟ ਇਹਦਾ ਵੀ 880 ਰੁਪਏ ਹੈ। ਇਹਦੀ ਬੋਟਮ ਆ ਗਈ, ਇਹਦਾ ਗਿਆ ਸਟਾਲ, ਇਹ ਕਲਰ ਵੀ ਇਹਦੇ 'ਚ ਹੀ ਹੈ। ਇਹ ਮਸਟਰਡ ਕਲਰ ਦੇ ਵਿੱਚ ਹੈ। ਅਗਲਾ ਜਿਹੜਾ ਅਟਕਲ ਹੈ ਬਲੂ ਕਲਰ ਦੇ ਵਿੱਚ ਹੈ। ਇਹਨਾਂ ਦਾ ਰੇਟ ਸਾਰਿਆਂ ਦਾ ਰਹੂਗਾ 880 ਰੁਪਏ। ਇਹ ਫਿਰੋਜ਼ੀ ਕਲਰ ਦੇ ਵਿੱਚ ਹੈ। ਇਹਨਾਂ ਦਾ ਰੇਟ ਰਹੂਗਾ 880 ਰੁਪਏ। ਕੀ ਰੇਟ ਚੱਲ ਰਿਹਾ ਜੀ? ਹੈਲੋ ਜੀ, ਇਹ ਵੀ 880 ਰੁਪਏ ਦੀ ਰੇਂਜ 'ਚ ਹੈ। ਇਹਦੀ ਬੋਟਮ, ਇਹਦੇ 'ਚ ਇਹ ਗ੍ਰੀਨ ਕਲਰ ਆ ਗਿਆ, ਉਹ ਬਲੂ ਸੀਗਾ, ਇਹ ਗ੍ਰੀਨ ਕਲਰ ਦੇ ਵਿੱਚ ਹੈ। ਇਹ ਮਾਊਜਾ ਸ਼ੇਡ ਹੈ, ਇਹ ਇਸੇ ਨਾਲ ਦਾ ਜਿਹੜਾ ਮੈਂ ਪਾਇਆ ਹੋਇਆ, ਇਹਦੇ ਵਿੱਚ ਇੱਕੋ ਹੀ ਸ਼ੇਡ ਹੈ। ਇਹ ਇਹਦਾ ਸਟਾਲ ਹੈ। ਆ ਹੋ ਗਿਆ ਗਰੀ ਵਾਲਾ ਨਾ। ਔਰ ਜੇ ਕਿਸੇ ਨੇ ਬਾਏ ਕਰਨਾ ਹੋਵੇ ਤਾਂ ਸਕਰੀਨਸ਼ੋਟ ਲੈ ਕੇ ਭੇਜ ਕੇ ਅਤੇ ਆਪਣਾ ਐਡਰੈਸ ਅਤੇ ਪਿੰਨ ਕੋਡ ਨਾਲ ਲਿਖ ਦਿਆ ਕਰੋ। ਜਿਹੜੇ ਜਿਹੜੇ ਚੈਨਲ 'ਤੇ ਨਵੇਂ ਨੇ, ਇਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਤੁਹਾਡੇ ਕੋਲ ਪਹੁੰਚ ਸਕੇ। ਤੁਹਾਡਾ ਇਹਨਾਂ ਮਾਣ ਅਤੇ ਸਤਿਕਾਰ ਦੇਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ।
ਸਤਿ ਸ਼੍ਰੀ ਅਕਾਲ ਜੀ।